ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਲੈ ਕੇ ਆਏ ਹਾਂ ਸਟੋਰੇਜ ਟਿਪਸ। ਤੁਸੀਂ ਜਾਣਦੇ ਹੋ ਕਿ ਅਪ੍ਰੈਲ ਮਈ ਦੇ ਮਹੀਨਿਆਂ ਵਿੱਚ ਸਟੋਰ ਕੀਤੀ ਕਣਕ, ਚੌਲ, ਦਾਲ ਆਦਿ ਨਾਲ ਘਰ ਭਰ ਜਾਂਦੇ ਹਨ। ਰਸੋਈ ਵਿੱਚ ਹਰ ਮੌਸਮ ਲਈ ਸਬਜ਼ੀਆਂ ਅਤੇ ਦਾਲਾਂ ਵੀ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਰਸੋਈ ਵਿੱਚ ਸਟੋਰੇਜ ਦੇ ਕੁਝ ਅਜਿਹੇ ਨੁਸਖੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਰਸੋਈ ਵਿੱਚ ਕਈ ਕੰਮ ਜਲਦੀ ਹੀ ਕਰ ਸਕੋਗੇ। ਜੇਕਰ ਤੁਸੀਂ ਸਬਜ਼ੀਆਂ ਨੂੰ ਸੁਕਾ ਕੇ ਸਟੋਰ ਕਰਨ ਦਾ ਤਰੀਕਾ ਨਹੀਂ ਦੇਖਿਆ ਤਾਂ ਉਸ ਦੀ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ। ਅਤੇ ਆਓ ਹੁਣ ਆਪਾਂ ਇਹ ਨੁਸਖਿਆਂ ਨੂੰ ਸ਼ੁਰੂ ਕਰਦੇ ਹਾਂ। ਜੇਕਰ ਤੁਸੀਂ ਦਾਲਾਂ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਤੁਹਾਨੂੰ ਦਾਲ ਨੂੰ ਇੱਕ ਪਲੇਟ ਵਿੱਚ ਲੈ ਕੇ ਆਪਣੇ ਹੱਥਾਂ ਵਿੱਚ ਸਰ੍ਹੋਂ ਦਾ ਤੇਲ ਲਗਾ ਕੇ ਸਾਰੀ ਦਾਲ ਵਿੱਚ ਲਗਾਉਣਾ ਹੋਵੇਗਾ। ਮਤਲਬ ਥੋੜ੍ਹੀ ਥੋੜ੍ਹੀ ਦਾਲ ਪਲੇਟ ਵਿੱਚ ਲੈ ਕੇ ਉਸਨੂੰ ਤੇਲ ਲਗਾਉਣਾ ਵਾ। ਅਜਿਹਾ ਕਰਨ ਨਾਲ ਦਾਲ ਮਹੀਨਿਆਂ ਤੱਕ ਖਰਾਬ ਨਹੀਂ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਇਹ ਨੁਸਖਾ ਕਾਲੇ ਛੋਲਿਆਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਲਈ ਵੀ ਵਰਤ ਸਕਦੇ ਹੋ। ਨੰਬਰ 2, ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਦਾ ਇੱਕ ਹੋਰ ਤਰੀਕਾ ਹੈ ਜਿਸ ਲਈ ਸਿਲਵਰ ਫੋਇਲ ਫਾਇਦੇਮੰਦ ਹੈ। ਸਿਲਵਰ ਫੋਇਲ ਨੂੰ ਰੋਟੀਆਂ ਨੂੰ ਟਿਫਨ ਵਿੱਚ ਪੈਕ ਕਰਨ ਲਈ ਵਰਤਿਆ ਜਾਂਦਾ ਹੈ। ਉਸੇ ਸਿਲਵਰ ਫੋਇਲ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟੋ ਅਤੇ ਆਪਣੀ ਦਾਲ ਦੇ ਡੱਬਿਆਂ ਵਿੱਚ ਰੱਖੋ, ਕਿਉਂਕਿ ਅਜਿਹਾ ਕਰਨ ਨਾਲ ਦਾਲਾਂ ਖਰਾਬ ਨਹੀਂ ਹੁੰਦੀਆਂ। ਨੰਬਰ 3, ਫਲ ਅਤੇ ਸਬਜ਼ੀਆਂ ਜਿਵੇਂ ਕਿ ਆਲੂ, ਸੇਬ ਆਦਿ, ਇਹਨਾਂ ਨੂੰ ਅਸੀਂ ਫਰਿੱਜ ਵਿੱਚ ਨਹੀਂ ਰੱਖਦੇ ਪਰ ਬਾਹਰ ਰੱਖਦੇ ਹਾਂ, ਅਕਸਰ ਖਰਾਬ ਹੋ ਜਾਂਦੇ ਹਨ। ਦੱਸ ਦਈਏ ਕਿ ਉਹਨਾਂ ਨੂੰ ਸਟੋਰ ਕਰਦੇ ਸਮੇਂ ਤੁਹਾਨੂੰ ਉਹਨਾਂ ਦੇ ਆਲੇ ਦੁਆਲੇ ਅਖਬਾਰ ਦੇ ਟੁਕੜੇ ਰੱਖਣੇ ਚਾਹੀਦੇ ਹਨ, ਕਿਉਂਕਿ ਅਜਿਹਾ ਕਾਰਨ ਨਾਲ ਫਲ ਅਤੇ ਸਬਜ਼ੀਆਂ ਖਰਾਬ ਨਹੀਂ ਹੁੰਦੀਆਂ। ਕੇਲਿਆਂ ਦੇ ਡੰਡੀ ਨੂੰ ਤੁਸੀਂ ਪੋਲੀਥੀਨ ਲਪੇਟ ਕੇ ਰੱਖ ਸਕਦੇ ਹੋ ਤਾਂ ਕੇਲੇ ਵੀ ਖਰਾਬ ਨਹੀਂ ਹੁੰਦੇ। ਨੰਬਰ 4, ਜਿਵੇਂ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਮਹਿਮਾਨ ਆਉਣ ਸਮੇਂ ਉਹਨਾਂ ਸਾਹਮਣੇ ਖੁੱਲ੍ਹੇ ਬਿਸਕੁਟ ਰੱਖ ਦਿੰਦੇ ਹਾਂ, ਨਮਕੀਨ ਪੈਕਟ ਵਿੱਚ ਰਹਿ ਜਾਂਦਾ ਹੈ, ਪਰ ਇੱਕ ਵਾਰ ਬਿਸਕੁਟ ਦਾ ਪੈਕਟ ਖੋਲ੍ਹਿਆ ਜਾਂਦਾ ਇਸ ਨੂੰ ਵਾਪਸ ਨਹੀਂ ਰੱਖਿਆ ਜਾ ਸਕਦਾ। ਅਕਸਰ ਬਿਸਕੁਟ ਗਿੱਲੇ ਹੋ ਜਾਂਦੇ ਹਨ। ਅਜਿਹੇ ਵਿੱਚ ਤੁਹਾਨੂੰ ਬਚੇ ਹੋਏ ਬਿਸਕੁਟਾਂ ਨੂੰ ਏਅਰ ਟਾਈਟ ਕੰਟੇਨਰ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ, ਪਰ ਸਟੋਰ ਕਰਨ ਤੋਂ ਪਹਿਲਾਂ ਇਸ ਡੱਬੇ ਵਿੱਚ ਚੌਲਾਂ ਦੇ ਕੁਝ ਦਾਣੇ ਪਾ ਦਿਓ। ਦੱਸ ਦਈਏ ਕਿ ਚੌਲ ਨਮੀ ਨੂੰ ਬਿਸਕੁਟਾਂ ਵਿੱਚ ਦਾਖਲ ਨਹੀਂ ਹੋਣ ਦਿੰਦੇ। ਨੰਬਰ 5, ਫਰਿੱਜ ਵਿੱਚ ਰੱਖੀਆਂ ਸਬਜ਼ੀਆਂ ਉੱਪਰੋਂ ਸੁੱਕ ਜਾਂਦੀਆਂ ਹਨ। ਅਜਿਹੇ ਵਿੱਚ ਜੇਕਰ ਤੁਹਾਨੂੰ ਸਲਾਦ ਕੱਟਣਾ ਪਵੇ ਤਾਂ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਅਜਿਹੇ ਵਿੱਚ ਇੱਕ ਕਟੋਰੀ ਵਿੱਚ ਬਰਫ਼ ਪਾ ਕੇ ਇਹਨਾਂ ਸਬਜ਼ੀਆਂ ਨੂੰ ਉੱਪਰ ਰੱਖੋ, ਤੁਹਾਨੂੰ ਸਬਜ਼ੀਆਂ ਫਿਰ ਤੋਂ ਤਾਜ਼ਾ ਲੱਗਣ ਲੱਗ ਪੈਣਗੀਆਂ। ਨੰਬਰ 6, ਕਣਕ ਨੂੰ ਸਟੋਰ ਕਰਨ ਲਈ ਬਿਨਾਂ ਸਲਫਾਸ ਜਾਂ ਕੀਟਨਾਸ਼ਕਾਂ ਦੇ ਵੀ ਸਟੋਰ ਕਰ ਸਕਦੇ ਹੋ।
ਉਹਦੇ ਲਈ ਜ਼ਰੂਰੀ ਹੈ ਮਾਚਿਸ ਦੀ ਡੱਬੀ ਦਾ ਪੈਕਟ, ਯਾਨੀ 6 ਡੱਬੀਆਂ। ਮਾਚਿਸ ਦੀ ਤੀਲੀ ਜਾਂ ਸੀਖਾਂ ਵਾਲੀ ਡੱਬੀ ਵੀ ਬੋਲਦੇ ਹਨ। ਤੁਸੀਂ ਦੱਸਣਾ ਕਿ ਤੁਸੀਂ ਕੀ ਬੋਲਦੇ ਹੋ। ਅਸੀਂ ਸੀਖਾਂ ਵਾਲੀ ਡੱਬੀ ਬੋਲਦੇ ਹਾਂ। ਮਸਾਲੇ ਵਾਲੀ ਸਾਈਡ ਤੋਂ ਖੋਲ੍ਹ ਕੇ ਸੀਖਾਂ ਵਾਲੀ ਡੱਬੀ ਨੂੰ ਕਣਕ ਦੇ ਢੋਲ ਵਿੱਚ ਥੋੜ੍ਹੀ ਥੋੜ੍ਹੀ ਕਣਕ ਪਾਉਣ ਤੋਂ ਬਾਅਦ ਉਸ ਵਿੱਚ ਡੱਬੀ ਰੱਖਦੇ ਜਾਣਾ ਹੈ। ਜਿਸ ਤਰ੍ਹਾਂ ਤੁਹਾਡਾ ਡਰੰਮ ਹੁੰਦਾ ਹੈ ਤਾਂ ਤੁਸੀਂ ਕੁਆਂਟਲ ਕੁਆਂਟਲ ਕਣਕ ਪਾ ਕੇ ਉਸ ਤੋਂ ਬਾਅਦ ਇੱਕ ਇੱਕ ਡੱਬੀ ਰੱਖਦੇ ਜਾਣਾ ਹੈ ਅਤੇ ਸਾਰੀਆਂ ਡੱਬੀਆਂ ਕਣਕ ਦੇ ਵਿੱਚ ਰੱਖ ਦੇਣੀਆਂ ਹਨ। ਨੰਬਰ 7, ਅਗਲਾ ਤਰੀਕਾ ਹੈ ਕਣਕ ਵਿੱਚ ਨਿੰਮ ਦੇ ਪੱਤੇ ਸੁਕਾ ਕੇ ਸਟੋਰ ਕਰ ਸਕਦੇ ਹੋ, ਜਿਸ ਨਾਲ ਕਣਕ ਵਿੱਚ ਸੁਸਰੀ ਕੀੜੇ ਨਹੀਂ ਲੱਗਦੇ, ਆਰਾਮ ਨਾਲ ਸਾਲ ਭਰ ਸਟੋਰ ਕੀਤਾ ਜਾ ਸਕਦਾ ਹੈ। ਨੰਬਰ 8, ਕਣਕ ਜਾਂ ਦਾਲਾਂ ਨੂੰ ਕੀੜਾ ਨਾ ਲੱਗੇ ਸਾਲ ਭਰ ਸਟੋਰ ਕਰਨ ਲਈ ਤੁਸੀਂ ਹਿੰਗ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਵੀ ਕੀੜੇ ਨਹੀਂ ਲੱਗਦੇ ਕਿਉਂਕਿ ਇਸ ਦੀ ਖੁਸ਼ਬੂ ਇੰਨੀ ਤੇਜ਼ ਹੁੰਦੀ ਹੈ ਕੋਈ ਕੋਈ ਕੀੜਾ ਨੇੜੇ ਹੀ ਨਹੀਂ ਆਉਂਦਾ। ਇਹ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।